ਵੀ ਤੁਸੀਂ ਸਾਨੂੰ ਅੱਜ ਆਪਣਾ ਕੀਮਤੀ ਸਮਾਂ ਦਿੱਤਾ। ਦੇਖੋ ਜੀ, ਲੱਗਦਾ ਤੁਹਾਨੂੰ ਸਾਰੇ, ਤੁਸੀਂ ਮੇਰੇ ਤੋਂ ਵੱਧ ਸੂਝਵਾਨ ਹੋ, ਤੁਸੀਂ ਦੇਖ ਹੀ ਲਿਆ ਹੋਣਾ ਸਾਰੇ ਹਲਕੇ ਦੇ ਵਿੱਚ ਕਿਵੇਂ ਸਾਡੀ ਚੋਣ ਮੁਹਿੰਮ ਚੱਲ ਰਹੀ ਆ, ਕਿੰਨਾ ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ। ਰੋਜ਼ ਗਿੱਲ ਸਾਹਿਬ ਨੂੰ ਕਿਤੇ ਲੱਡੂਆਂ ਨਾਲ ਤੋਲਿਆ ਜਾ ਰਿਹਾ, ਕਿਤੇ ਸਿੱਕਿਆਂ ਨਾਲ ਤੋਲਿਆ ਜਾ ਰਿਹਾ। ਦਰਜਣਾ ਪਿੰਡਾਂ ਦੇ ਪਿੰਡ ਸਾਡੀ ਚੋਣ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਇੱਕ ਕਾਂਗਰਸ ਦੇ ਵਿਧਾਨ ਸਭਾ ਸੰਦਰਾਲੇ ਤੋਂ ਕਿਹੜੇ ਕਿਹੜੇ ਦਿੱਗਜ ਨੇਤਾ ਸੀ ਜਿਹੜੇ ਪਹਿਲਾਂ ਅਮਰੀਕ ਸਿੰਘ ਢਿੱਲੋਂ ਨਾਲ ਚੱਲ ਰਹੇ ਸੀ, ਇਸ ਟਾਈਮ ਵਿੱਚ ਤੁਹਾਡੇ ਬੇੜੀ ਦੇ ਵਿੱਚ ਆ ਕੇ ਸਵਾਰ ਹੋਏ ਨੇ, ਇਹਨਾਂ ਦਾ ਕੀ ਨਾਮ ਹੈ ਜੀ? ਸਾਡੀ ਬੇੜੀ ਵਿੱਚ ਸਵਾਰ ਨਹੀਂ ਹੋਏ ਜੀ, ਉਹ ਪਾਰਟੀ ਦੇ ਲੀਡਰ ਸੀ ਸਾਡੀ ਦੇ ਪਹਿਲਾਂ ਵੀ, ਅਤੇ ਅੱਜ ਵੀ ਪਾਰਟੀ ਦੇ ਨਾਲ ਉਹ ਚੱਲ ਰਹੇ ਨੇ। ਉਹਨੇ ਪਾਰਟੀ ਨੂੰ ਪ੍ਰਮੁੱਖ ਮੰਨਿਆ, ਨਾ ਕਿ ਵਿਅਕਤੀ ਵਿਸ਼ੇਸ਼ ਨੂੰ। ਮੈਂ ਤਕਰੀਬਨ ਮੋਸਟ ਜਿੰਨੇ ਵੀ ਲੀਡਰ ਨੇ ਸਮਰਾਲੇ ਦੀ ਆਪਾਂ ਗੱਲ ਕਰਦੇ ਹਾਂ, ਚੇਅਰਮੈਨ ਸਰਦਾਰ ਅਜਮੇਰ ਸਿੰਘ ਜੀ ਪੂਰਵਾ, ਸਾਡੇ ਕਰਮ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਦਾਰ ਰਤਿੰਦਰ ਸਿੰਘ ਜੋਗਾ ਬਲਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਸਰਪੰਚ ਯੂਨੀਅਨ ਅਤੇ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਪ੍ਰੇਮਵੀਰ ਜੀ ਸੱਦੀ, ਅਤੇ ਔਰ ਆਪਣੇ ਸਮਰਾਲ ਇੱਥੋਂ ਮਾਛੀਵਾੜਾ ਸਾਹਿਬ ਤੋਂ ਕਸਤੂਰੀ ਲਾਲ ਜੀ ਮਿੰਟੂ, ਸ਼ਕਤੀ ਨੰਦ ਜੀ, ਇਸੇ ਤਰ੍ਹਾਂ ਸਨੀ ਦੁਆ ਜੀ ਆਪਣੇ ਜਿਹੜੇ ਵਾਈਸ ਪ੍ਰਧਾਨ ਨੇ ਨਗਰ ਕੌਂਸਲ ਸਮਰਾਲਾ ਦੇ। ਤਕਰੀਬਨ 97-98% ਜਿਹੜੇ ਸਾਡੇ ਲੀਡਰ ਦੀ ਪਾਰਟੀ ਦੇ, ਉਹ ਅੱਜ ਕਾਂਗਰਸ ਪਾਰਟੀ ਨਾਲ, ਇਹ ਨਹੀਂ ਵੀ ਕਹਿ ਸਕਦਾ ਵੀ ਰਾਜਾ ਗਿੱਲ ਜੀ ਨਾਲ, ਉਹਨੇ ਆਪਣੀ ਪਾਰਟੀ ਨੂੰ ਪ੍ਰਮੁੱਖ ਮੰਨਦੇ ਹੋਏ ਜਿਹਨੂੰ ਹਾਈ ਕਮਾਂਡ ਨੇ ਟਿਕਟ ਦਿੱਤੀ, ਰੁਪਿੰਦਰ ਸਿੰਘ ਰਾਜਾ ਗਿੱਲ ਜੀ ਨੂੰ, ਉਹਦੇ ਨਾਲ ਅੱਜੇ ਤੁਰ ਰਹੇ ਨੇ। ਲੋਕਾਂ ਦੇ ਵਿੱਚ ਵਿਚਰਦੇ ਹਾਂ, ਅਕਸਰ ਪਿੰਡਾਂ ਦੇ ਵਿੱਚ ਜਾਂਦੇ ਹਾਂ, ਗਿੱਲ ਸਾਹਿਬ ਵੀ ਰੋਜ਼ਾਨਾ ਚੋਣ ਮੁਹਿੰਮ ਦੇ ਵਿੱਚ ਨੇ, ਇਹ ਗੱਲ ਲੋਕ ਖੁਦ ਵੀ ਕਹਿ ਰਹੇ ਨੇ, ਅਸੀਂ ਵੀ ਦੇਖ ਰਹੇ ਹਾਂ ਵੀ ਜਿਹੜੇ ਇੱਕਦਮ ਆ ਕੇ ਇੱਡੀ ਵਧੀਆ ਟੀਮ ਨੇ ਗਿੱਲ ਜੀ ਦੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ, ਇਹਦੇ ਵਿੱਚ ਤੁਹਾਡਾ ਯੋਗਦਾਨ ਹੈ ਕਿਉਂਕਿ ਤੁਸੀਂ ਕਾਂਗਰਸ ਪਾਰਟੀ ਦੇ ਅਹੁਦੇਦਾਰ ਹੋ, ਖੰਨੇ ਤੋਂ ਕਾਂਗਰਸ ਲਈ ਕੰਮ ਕਰ ਰਹੇ ਹੋ, ਗੁਰਕੀਰਤ ਸਿੰਘ ਕੋਟਲੀਵਾਲਾ ਨਾਲ ਵੀ ਲੰਬੇ ਸਮੇਂ ਤੋਂ ਜੁੜੇ ਹੋ, ਜਿਹੜੀ ਇੰਨੀ ਵਧੀਆ ਚੋਣ ਮੁਹਿੰਮ ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਵਿੱਢੀ ਆ ਜੀ, ਇਹ ਸਖ਼ਤ ਮਿਹਨਤ ਦੀਆਂ ਤੁਹਾਡੇ 'ਤੇ ਸਿਹਰਾ ਜਾਂਦਾ, ਇਹਦੇ ਬਾਰੇ ਜਾਣਕਾਰੀ ਦਿਓ। ਸਿਹਰਾ ਤਾਂ ਸਾਥੀਆਂ ਨਾਲੇ ਹੁੰਦਾ, ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਣਾ ਚਾਹੁੰਦਾ ਵੀ ਤਕਰੀਬਨ ਮੈਂ ਪਿਛਲੇ 8-9 ਮਹੀਨਿਆਂ ਤੋਂ ਲਗਾਤਾਰ ਸਮਰਾਲੇ ਨਾਲ ਜੁੜਿਆ ਹੋਇਆ ਸੀ, ਅਤੇ ਅੱਜ ਉਸੇ ਸਮਰਾਲੇ ਨਾਲ ਜੁੜਨ ਕਰਕੇ ਉਹਨਾਂ ਸਾਡੇ ਸਾਥੀਆਂ ਦਾ ਹੀ ਸਾਨੂੰ ਅੱਜ ਲਾਭ ਮਿਲ ਰਿਹਾ। ਸਾਨੂੰ ਅੱਜ ਕੋਈ ਔਖਿਆਈ ਮਹਿਸੂਸ ਨਹੀਂ ਹੋਈ, ਹਰ ਇੱਕ ਪਿੰਡ ਦੇ ਵਿੱਚ ਸਾਡਾ ਕੋਈ ਨਾ ਕੋਈ ਸਾਥੀ ਬੈਠਾ ਸੀ, ਖਾਸ ਤੌਰ 'ਤੇ ਸਵਰਗੀ ਸਰਦਾਰ ਕਰਮ ਸਿੰਘ ਜੀ ਗਿੱਲ, ਜਿਹੜੇ ਰਾਜਾ ਗਿੱਲ ਜੀ ਦੇ ਪਿਤਾ ਜੀ ਨੇ, ਉਹ ਪਹਿਲਾਂ ਲਗਾਤਾਰ 2 ਵਾਰ MLA ਰਹੇ ਨੇ, ਮੰਤਰੀ ਰਹੇ ਨੇ, ਉਹਨਾਂ ਕਰਕੇ ਸਾਨੂੰ ਹਰ ਪਿੰਡ ਦੇ ਵਿੱਚ ਸਾਡਾ ਕੋਈ ਨਾ ਕੋਈ ਪੁਰਾਣਾ ਸਾਥੀ ਬੈਠਾ ਸੀ। ਸੋਨੇ ਅਤੇ ਸੁਹਾਗੇ ਵਾਲੀ ਗੱਲ ਉਸ ਦਿਨ ਹੋ ਗਈ ਜਦੋਂ ਸਾਬਕਾ ਮੰਤਰੀ ਸਰਦਾਰ ਈਸਾ ਸਿੰਘ ਜੀ ਮਿਹਰਵਾਨ, ਜਿਨ੍ਹਾਂ ਦਾ ਬੇਟ ਹਲਕੇ ਦੇ ਵਿੱਚ, ਕਹਿ ਲਓ ਮਾਛੀਵਾੜਾ ਬਲਾਕ ਦੇ ਵਿੱਚ ਇੱਕ ਬਹੁਤ ਵੱਡਾ ਅਸਰ ਸੁੱਖ ਸੀ, ਕਿਉਂਕਿ ਉਹ ਇਹਨਾਂ ਪਿੰਡਾਂ ਦੇ ਵਿੱਚੋਂ ਪਹਿਲਾਂ 2-3 ਵਾਰ ਵਿਧਾਇਕ ਬਣੇ ਨੇ, ਮੰਤਰੀ ਬਣੇ ਨੇ, ਉਹਨਾਂ ਦੀ ਆਉਣ ਨਾਲ ਵੀ ਸਾਨੂੰ ਬਹੁਤ ਵੱਡਾ ਬਲ ਮਿਲਿਆ। ਕਹਿ ਸਕਦੇ ਤੁਸੀਂ ਵੀ ਵਿਧਾਨ ਸਭਾ ਸੰਦਰਾਲੇ ਤੋਂ ਤਿਆਰੀ ਕਰਦੇ ਰਹੇ ਹੋ, ਇਸ ਟਾਈਮ ਰਾਜਾ ਗਿੱਲ ਜੀ ਨੂੰ ਸੀਟ ਮਿਲ ਚੁੱਕੀ ਹੈ, ਕੀ ਕਹੋਗੇ ਇਹਦੇ ਬਾਰੇ ਜੀ? ਬਹੁਤ ਖੁਸ਼ੀ ਦੀ ਗੱਲ ਆ ਜੀ, ਰਾਜਾ ਗਿੱਲ ਜੀ ਨੂੰ ਟਿਕਟ ਮਿਲੀ ਆ, ਠੀਕ ਆ, ਟਿਕਟ ਮੰਗਣਾ ਹਰ ਇੱਕ ਦਾ ਹੱਕ ਆ, ਪਰ ਰਾਜਾ ਗਿੱਲ ਜੀ ਮੇਰੇ ਵੱਡੇ ਵੀਰ ਨੇ, ਤਾਂ ਹੀ ਤੁਹਾਡੇ ਸਾਹਮਣੇ ਮੈਂ ਜਿੰਨੇ ਯੁੱਗ ਹੈਗਾ ਉਹਦੀ ਕੰਪੇਨ ਦੇ ਵਿੱਚ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਾਂ, ਅਤੇ ਆਸ ਕਰਦੇ ਹਾਂ ਵੀ ਜਿਵੇਂ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਆ, ਅਤੇ ਲੋਕ ਵੀ ਉਹਨੂੰ ਇਸ ਇਮਾਨਦਾਰ, ਬੇਦਾਗ, ਇਹ ਕਹਿਣੀ ਕਰ ਰਹੀ ਦੇ ਪੱਕੇ ਰੁਪਿੰਦਰ ਸਿੰਘ ਰਾਜਾ ਗਿੱਲ ਜੀ ਨੂੰ ਆਪਣੀ ਵੋਟ ਪਾ ਕੇ ਉਹਨੂੰ MLA ਬਣਾਉਣਗੇ। ਕਾਂਗਰਸ ਤਾਂ ਇਸ ਸੀਟ ਤੋਂ ਬਹੁਤ ਲੰਬੇ ਸਮੇਂ 'ਤੇ ਕਬਜ਼ਾ ਰਿਹਾ, ਅਮਰੀਕ ਸਿੰਘ ਢਿੱਲੋਂ ਵਿਧਾਇਕ ਰਹੇ ਨੇ, ਇਸ ਟਾਈਮ 'ਤੇ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਹੈਗੇ ਨੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਨੇ? ਦੇਖੋ ਜੀ, ਸਿਰਫ ਮੈਨੂੰ ਕਹਿਣ 'ਚ ਕੋਈ ਗਰੇਜ਼ ਨਹੀਂ, ਉਹਨਾਂ ਦਾ 4 ਵਾਰ MLA ਬਣਨਾ, ਅੱਜ ਸਾਨੂੰ ਕਿਤੇ ਨਾ ਕਿਤੇ ਉਹ ਗੱਲ ਦਾ ਨੁਕਸਾਨ ਹੋ ਰਿਹਾ, ਕਿਉਂਕਿ ਉਹਨੇ ਸਿਰਫ ਆਪਣੇ ਵਪਾਰ ਵੱਲ ਧਿਆਨ ਦਿੱਤਾ, ਨਾ ਕਿ ਆਪਣੇ ਹਲਕੇ ਵੱਲ। ਕਦੇ ਮੈਨੂੰ ਤਾਂ ਲੱਗਦਾ ਨਹੀਂ ਉਹਨੇ ਵੀ ਆਪਣੇ ਹਲਕੇ ਵੱਲ ਧਿਆਨ ਦਿੱਤਾ ਹੋਊਗਾ, ਜੇ ਅੱਜ ਉਹਨੇ ਹਲਕੇ ਵੱਲ ਧਿਆਨ ਦਿੱਤਾ ਹੁੰਦਾ ਨਾ ਤਾਂ ਉਹਦੀ ਟਿਕਟ ਕੱਟ ਹੁੰਦੀ ਹੈ ਨਾ, ਅਤੇ ਨਾਲੇ ਸਾਨੂੰ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਸੀ, ਕਿਉਂਕਿ 4 ਵਾਰ ਇੱਕ ਪਾਰਟੀ ਦਾ ਵਿਧਾਇਕ ਰਹਿਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਲਗਾਤਾਰ ਵੀ ਲੋਕ ਤੁਹਾਡੇ ਨਾਲ ਜੁੜੇ ਹੁੰਦੇ ਨੇ, ਆਪਾਂ ਵਿਕਾਸ ਦੇ ਕੰਮ ਕਰਾਉਂਦੇ, ਇੰਨਾ ਲੰਬਾ ਸਮਾਂ ਆਪਾਂ ਨੂੰ ਮਿਲਦਾ, ਸਾਨੂੰ ਖੰਨੇ ਵਿੱਚ 5 ਸਾਲ ਮਿਲੇ ਨੇ ਸਰਕਾਰ ਦੇ ਵਿੱਚ, ਅਤੇ ਅੱਜ ਅਸੀਂ ਇੱਥੇ ਕਰੋੜਾਂ ਰੁਪਏ ਲਿਆ ਕੇ ਵਿਕਾਸ ਕਾਰਜ ਕਰ ਰਹੇ ਨੇ। ਰਾਜਾ ਗਿੱਲ ਜੀ ਅਤੇ ਗੁਰਕੀਰਤ ਸਿੰਘ ਦੀ, ਰਾਮ ਲਕਸ਼ਮਣ ਦੀ ਜੋੜੀ ਆ, ਇਹ ਦੋਨੋਂ ਇੱਕ ਹਮੇਸ਼ਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ। ਇੱਥੋਂ ਪਹਿਲਾਂ ਜਿਹੜੇ ਹੈਗੇ ਸੀ ਅਮਰੀਕ ਸਿੰਘ ਢਿੱਲੋਂ ਆਪਣੇ ਪੋਤੇ ਵਾਸਤੇ ਵੀ ਸੀਟ ਮੰਗਦੇ ਰਹੇ ਨੇ,
ਕੀ ਲੱਗਦਾ ਨਹੀਂ ਹੈਗਾ ਵੀ ਉਹਨਾਂ ਨੂੰ ਜਿਹੜਾ ਹੈਗਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਸੀਗਾ ਕਿਉਂਕਿ ਲੰਮੇ ਸਮੇਂ ਵਾਸਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਇੱਥੋਂ ਵਿਧਾਇਕ ਬਣਾਈ ਰੱਖਿਆ? ਬਿਲਕੁਲ ਸਾਥ ਦੇਣਾ ਚਾਹੀਦਾ ਸੀ। ਆਪਾਂ ਸ਼ਾਇਦ ਸਾਰੇ ਉਸ ਟਾਈਮ ਛੋਟੇ ਸੀ, ਚਲੋ ਇੰਨੇ ਛੋਟੇ ਵੀ ਨਹੀਂ ਹੋਣੇ, ਇਹ 97 ਦੀ ਗੱਲ ਆ। 96 ਦੇ ਵਿੱਚ ਸਰਦਾਰ ਕਰਮ ਸਿੰਘ ਗਿੱਲ ਜੀ ਸਵਰਗਵਾਸ ਹੋ ਗਏ, 97 ਦੇ ਵਿੱਚ ਸਰਦਾਰ ਅਮਰੀਕ ਸਿੰਘ ਨੂੰ ਟਿਕਟ ਮਿਲ ਗਈ। ਜੋ 97 ਦੇ ਵਿੱਚ ਅਮਰੀਕ ਸਿੰਘ ਨੂੰ ਟਿਕਟ ਮਿਲ ਗਈ ਤਾਂ ਸਾਡੇ ਆਂਟੀ ਹਰਜੀਤ ਕੌਰ ਜੀ ਨੇ ਬਹੁਤ ਵੱਡਾ ਦਿਲ ਦਿਖਾਇਆ, ਬਹੁਤ ਵੱਡਾ ਜਿਗਰਾ ਦਿਖਾਇਆ, ਅਤੇ ਉਹਨਾਂ ਨੇ ਆਪਣੇ ਸਾਰੇ ਸਾਥੀ ਜਿਹਨਾਂ ਦੀ ਤੁਸੀਂ ਅੱਜ ਗੱਲ ਕਰਦੇ ਹੋ, ਇਹ ਸਾਰੇ ਸਾਥੀ ਸਰਦਾਰ ਕਰਮ ਸਿੰਘ ਦੇ ਹੀ ਸਾਥੀ ਸੀ। ਉਹਨਾਂ ਸਾਥੀਆਂ ਦਾ ਇਕੱਠ ਕਰਕੇ ਘਰ 100-200 ਬੰਦੇ ਦਾ ਮੇਨ ਆਗੂ ਪਿੰਡਾਂ ਵਿੱਚੋਂ ਸ਼ਹਿਰ 'ਚੋਂ ਬੁਲਾ ਕੇ ਉਹ ਸਾਰੇ ਅਮਰੀਕ ਸਿੰਘ ਦੇ ਨਾਲ ਤੋਰੇ। ਕਹਿੰਦੇ ਆਪਾਂ ਆਪਣੀ ਪਾਰਟੀ ਦੀ ਵਿਰੋਧਤਾ ਨਹੀਂ ਕਰਨੀ, ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਉਹਨੂੰ ਆਪਾਂ ਤਕੜੇ ਹੋ ਕੇ ਜਿਤਾਉਣਾ। ਅੱਛਾ, ਇਸ ਤੋਂ ਕਿਹਦੇ ਨਾਲ ਮੁਕਾਬਲਾ ਮੰਨਦੇ ਜੀ ਸੀਟ ਤੋਂ ਤੁਸੀਂ? ਦੇਖੋ, ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਜੀ, ਤੁਹਾਡੇ ਵਰਗੇ ਭਾਈਆਂ ਦੇ ਪਿੰਡ 'ਚ ਲੋਕਾਂ ਦੇ ਸਹਿਯੋਗ ਨਾਲ, ਸ਼ਹਿਰ ਦੇ ਵਿੱਚ MCA ਦੇ ਸਹਿਯੋਗ ਨਾਲ, ਅਤੇ ਆਮ ਮੇਨ ਗੱਲ ਆਮ ਵਰਗ ਦੀ, ਆਮ ਵਰਗ ਦੇ ਸਹਿਯੋਗ ਨਾਲ ਅਸੀਂ ਜਿੱਤ ਕੇ ਆਏਂਗੇ ਜੀ। ਦੇਖੋ, ਸਰਦਾਰ ਰੁਪਿੰਦਰ ਸਿੰਘ ਜੀ ਇੱਕ ਬਹੁਤ ਵਧੀਆ ਸੋਚ ਦੇ ਮਾਲਕ ਨੇ, ਇਹਨਾਂ ਦਾ ਨਜ਼ਰੀਆ ਜਿਹੜਾ ਉਹ ਇੱਕ ਅਲੱਗ ਤਰ੍ਹਾਂ ਦਾ। ਮੈਨੂੰ ਇਹ ਵੀ ਹੈ ਨਾ, 12-13 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਕੰਮ ਕਰਦੇ ਨੂੰ ਪਾਰਟੀ ਵਿੱਚ, ਇਹ ਬੰਦੇ ਨੇ ਜਿਹੜਾ ਕੌਲ ਕਰ ਲਿਆ, ਜਿਹੜਾ ਵਾਅਦਾ ਕਰ ਲਿਆ, ਉਹ ਪੱਥਰ 'ਤੇ ਲਿਖ ਆ, ਚਾਹੇ ਜੇਬ ਵਿੱਚੋਂ ਪੂਰਾ ਕਰੇ ਅਤੇ ਉਹ ਪੂਰਾ ਕਰੂਗਾ। ਤੁਸੀਂ ਇਹਦੇ ਨਾਲ ਵਰਤਣਾ, ਇਹਨੂੰ ਉਰੀ ਰਹਿਣਾ, ਜਿਹੜੀ ਮੈਂ ਅੱਜ ਗੱਲ ਕਹਿੰਦਾ ਇਹਨੂੰ ਰਿਕਾਰਡ ਕਰਕੇ ਰੱਖ ਲਿਓ, ਵੀ ਜਿਹੜੀਆਂ ਗੱਲਾਂ ਇਹ ਅੱਜ ਇਹਦੇ ਮੂੰਹ 'ਚੋਂ ਇੱਕ ਇੱਕ ਕਿਹਾ ਸ਼ਬਦ ਵੀ ਮੈਂ ਰੱਖਦਾ। ਹਮੇਸ਼ਾ ਇੱਕ ਆਪਣੇ ਕਹਿਣੀ ਕਰਨੀ ਦਾ ਪੱਕਾ ਹੋਣ ਦੇ ਨਾਲ, ਅਤੇ ਇੱਕ ਸਿਸਟਮ ਦਾ ਇੱਕ ਪ੍ਰਿੰਸੀਪਲ ਵਾਲਾ ਬੰਦਾ ਇਹ, ਅਤੇ ਇਲਾਕੇ ਨੂੰ ਇੱਕ ਨਵੀਆਂ ਲੀਹਾਂ 'ਤੇ ਲੈ ਕੇ ਜਾਊਗਾ। ਤੁਹਾਡਾ ਸਮਰਾਲਾ ਹਲਕਾ ਅੱਜ ਫੋਟੋਆਂ ਖਿੱਚ ਕੇ ਰੱਖ ਲਓ, ਜੇ ਪਰਮਾਤਮਾ ਨੇ ਮੌਕਾ ਦੇ ਤਾ ਤਾਂ 5 ਸਾਲ ਬਾਅਦ ਇਹੀ ਹਲਕੇ ਦੀਆਂ ਦੁਬਾਰਾ ਫੋਟੋ ਖਿੱਚ ਲਿਓ, ਤੁਹਾਨੂੰ 25 ਸਾਲ ਦਾ 5 ਸਾਲ ਦਾ ਫਰਕ ਪਤਾ ਲੱਗ ਜੂਗਾ। ਵੋਟਰਸ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ? ਵੋਟਰ ਦਾ ਮੇਰੀ ਇਹੀ ਅਪੀਲ ਆ ਵੀ ਤੁਹਾਨੂੰ ਪਾਰਸ ਮਿਲਿਆ। ਪਾਰਸ ਉਹ ਹੁੰਦਾ ਜਿਹਦੇ ਨਾਲ ਇਲਾਕੇ ਬੰਦਾ ਸੋਨਾ ਬਣ ਜਾਂਦਾ, ਜੇ ਲੋਹੇ ਨੂੰ ਨਾਲ ਘਸਾ ਦਈਏ ਸੋਨਾ ਬਣ ਜਾਂਦਾ। ਕਰਮਾਂ ਵਾਲੇ ਲੋਕ ਨੇ ਸਮਰਾਲੇ ਦੇ, ਜਿਹਨੂੰ ਰਾਜੇ ਗਿੱਲ ਵਰਗਾ ਅੱਜ ਲੀਡਰ ਮਿਲਿਆ, ਅਤੇ ਜੋ ਕਹੂਗਾ ਉਹ ਕਰੂਗਾ। ਅਤੇ ਮੇਰੀ ਇਹਨੂੰ ਇਹੀ ਅਪੀਲ ਆ ਵੋਟਰਾਂ ਨੂੰ ਵੀ ਕਿਤੇ ਮੌਕਾ ਨਾ ਖੰਝਾ ਦਿਓ। ਦੇਖੋ ਜੀ, 2 ਮੌਕੇ ਮਿਲੇ ਨੇ ਇਸ ਵਕਤ ਸਮਰਾਲੇ ਵਾਸਤੇ ਅਤੇ ਪੰਜਾਬ ਵਾਸਤੇ। ਉਹ ਇਹ ਨੇ, ਇੱਕ ਤਾਂ ਸਾਡਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਮੁੱਖ ਮੰਤਰੀ, ਇੱਕ ਆਮ ਵਰਗ ਦੇ ਵਿੱਚੋਂ, ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਜਿਹਨੂੰ ਸਾਡੀ ਪਾਰਟੀ ਨੇ ਚਿਹਰਾ ਲਾਉਂਦੇ ਆ। ਪਹਿਲਾਂ ਵੀ ਉਹਨੇ 111 ਦਿਨ ਦਾ ਉਹਦਾ ਕਾਰਜਕਾਲ ਦੇਖ ਲਓ, ਅਤੇ ਹੁਣ ਦੁਬਾਰਾ ਫਿਰ ਉਸੇ ਕਾਰਜਕਾਲ ਨੂੰ ਦੇਖਦੇ ਹੋਏ ਪਾਰਟੀ ਨੇ ਸਰਦਾਰ ਚਰਨ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਉਂਦੇ ਆ, ਅਤੇ ਸਮਰਾਲੇ ਤੋਂ ਸਰਦਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਟਿਕਟ ਦਿੱਤੀ ਆ। ਇਹਨਾਂ ਦੋਨਾਂ ਬੰਦਿਆਂ ਨੂੰ ਮੇਰੇ ਇਹ ਅਪੀਲ ਆ, ਸਾਰੀ ਵਰਕ ਆਪਣੇ ਵੋਟਰਾਂ ਨੂੰ ਵੀ ਇੱਕ ਵਾਰ ਜ਼ਰੂਰ ਇਹਨਾਂ ਨੂੰ ਵਰਤ ਕੇ ਦੇਖੋ। ਜੇ ਤੁਹਾਡੇ ਨਾਲ ਸਹੀ ਉਤਰਨਗੇ ਤਾਂ ਅਗਲੀ ਵਾਰ ਇਹਨਾਂ ਨੂੰ ਵੋਟਾਂ ਪਾ ਦਿਓ, ਜੇ ਨਹੀਂ ਉਤਰਨਗੇ ਆਪਾਂ ਨੂੰ ਬਹੁਤ ਵਧੀਆ ਤਾਕਤ ਮਿਲੀ ਆ ਵੋਟ ਦੀ, ਮਤਦਾਨ ਦੀ, ਅਗਲੀ ਵਾਰ ਮੂੰਹ ਨਾ ਲਾਇਓ ਇਹਨੂੰ। ਥੈਂਕ ਯੂ।